Nikku Bhaji to challenge this guy and he is in the gym right now. Ajay, bande ne mainu tang karna. He has a bag also. Can I see the bag? Pahan. Yeah. Is mere gym da samaan. Yeah. Aao ji. Ye paper side kar denne ha ji. Ye to mera BCA hai. Ye mera protein hai, shaker hai. Ye mera akhrot hai. Wah ji wah. Chane hai ye. Are wah. Aahi cheez hai mere kol ade vich. So it's a complete diet. So you leke chalde ho ki ha. Plus bhi aa gaya. So it's like a complete gym. Apne naal leke turde hai bhaji. Meri vati da phone aa gaya. Hello. Ha ji. Ek baar speaker se laga do. Is speaker se laga do. Hello. Hello. Haan ji. Ae dekho mera upar bhi main saab likha dekho ithe. Main saab. Te the gym la ke naal naal interview karange te phir oh to baad phir main karn chalunga. Thoda late ho junga, sorry. Bye. So it's like Nikku Bhaji in the gym. So Bhaji, gym chande sab to pehla kehdi exercise tu lagana pasand karde ho? Treadmill ho jaye mera. Bhaji kinne ki speed kar loge fir? Dekho tode samne. Nahi waise kinne ki minute pas dunga? Main 20 minute. Haan? 20 minute treadmill. Daily? Haan. Fir cross trainer. Acha. Fir thoda relax karke. Haan. Thodi patiyan push up la lena. Acha. Halke fulke kam hai ta chal dena. To ehi hai na di jawani da raaz hai basically 20 saal to main actually tonu follow kar reha 20 saal to and same to same as it is Nikku Bhaji on the treadmill right now. Wow ji. Actually edna energy bhi aundi hai. Haan haan. Wow. Aajo aajo ji ne bajna. Hold this. Hold this. ਇਹ ਸਾਡੀ ਰੰਗਲੀ ਦੁਨੀਆ ਭਾਜੀ ਰੰਗਲੀ ਦੁਨੀਆ ਚ ਬੜੇ ਸਾਰੇ ਰੰਗ ਤੁਹਾਨੂੰ ਦੇਖਣ ਨੂੰ ਮਿਲਦੇ ਆ ਉਹਨਾਂ ਵਿੱਚ ਇੱਥੇ ਪੰਜਾਬ ਕੇ ਇੰਟਰਵਿਊ ਕਰਦੇ ਨੇ ਹਾਂ ਹਾਂ ਰੰਗਲੀ ਦੁਨੀਆ ਤੇ ਆਪੇ ਹੋ ਗਈ ਹਾਂ ਹਾਂ ਰੰਗ ਬਰੰਗੇ ਰੰਗ ਦੇਖਣ ਨੂੰ ਮਿਲਣਗੇ ਹਾਂ ਹਾਂ ਕਿ ਜਿਮ ਚ ਕੀ ਕਰਦੇ ਆ ਹਾਂ ਹਾਂ ਅੱਛਾ ਤੁਸੀਂ ਸਾਡਾ ਸ਼ੋਅ ਦੇਖਿਆ ਬੇਸਿਕਲੀ ਦੋ ਐਪੀਸੋਡ ਇੱਕ ਦੋ ਐਪੀਸੋਡ ਟੈਲੀਕਾਸਟ ਹੋ ਚੁੱਕੇ ਹਨ ਤੁਹਾਨੂੰ ਸਾਡਾ ਸ਼ੋਅ ਕਿਦਾਂ ਲੱਗਿਆ ਸ਼ੋਅ ਦੇ ਵਿੱਚ ਸਭ ਤੋਂ ਵਧੀਆ ਚੀਜ਼ ਕਿਹੜੀ ਹੈ ਜਿਹੜੀ ਜਿਹੜੀਆਂ ਚੀਜ਼ਾਂ ਤੁਸੀਂ ਆਰਟਿਸਟ ਦੀਆਂ ਕਦੇ ਨਹੀਂ ਦੇਖ ਪਾਉਂਦੇ ਕਿਹੜੀ ਗੱਡੀ 'ਚ ਗੱਡੀ ਦੇ ਅੰਦਰ ਕੀ ਜਿਮ 'ਚ ਕਿੱਦਾਂ ਕਿਚਨ 'ਚ ਕਿੱਦਾਂ ਜਿਮ ਦੇ ਉੱਪਰ ਕੋਈ ਗਾਣਾ ਯਾਦ ਆ ਰਿਹਾ ਇਸ ਟਾਈਮ ਉਹ ਨਗਰਾਂ ਪੱਟੀ ਆ ਕੁੜੀ ਚੰਡੀਗੜ੍ਹ ਦੀ ਕੋਈ ਹੋ ਜੇ ਨਾ ਸ਼ਿਕਾਰ ਦੇ ਵੇ ਥਾਂ ਬੰਦਾ ਮਾਰ ਪੈੜਾ ਵਾਰ ਨਹੀਂ ਕੋਈ ਅੱਖ ਮਸਤਾਨੀ ਵਰਗਾ ਨਸ਼ਿਆਂ 'ਚੋਂ ਨਸ਼ਾ ਨਹੀਂ ਜਵਾਨੀ ਵਰਗਾ ਇਤਿਹਾਸ ਨਹੀਂ ਸਿੱਖਾਂ ਦੀ ਕੁਰਬਾਨੀ ਵਰਗਾ ਰਾਹੁਲ ਮੈਂ ਵੈਸੇ ਰੈਗੂਲਰ ਜਿਹੜਾ ਲਾਇਆ ਕੱਲ੍ਹ ਬਾਈਸੈਪ ਟ੍ਰਾਈਸੈਪ ਲਾਇਆ ਅਤੇ ਇਹ ਤੋਂ ਪਹਿਲਾਂ ਤੁਸੀਂ ਬੈਗ ਲਓ ਬੈਗ ਤੋਂ ਬਾਈਸੈਪ ਚਲੋ ਭਾਜੀ ਕਿੰਨੇ 500 ਹੋ ਜੇ ਐਮ 500 ਹੋ ਜੇ 12 ਵਾਰ ਦੇ ਰਹਿ ਭੁੱਲ ਰਹੇ ਹਾਂ 500 ਹੈ 500 ਕਿਵੇਂ ਹੋ ਜੇ ਚਲੋ ਸਟਾਰਟ ਕਾਊਂਟਿੰਗ ਸਟਾਰਟ ਕਰਦੇ ਹਾਂ 1 2 12 ਦਾ ਰੈਪ ਪੂਰਾ ਹੋ ਗਿਆ ਅਰੇ ਵਾਹ ਜੀ ਵਾਹ 12 ਰੈਪ ਪੂਰਾ ਹੋ ਗਿਆ ਐਂਡ ਬੈਕ ਦੀ ਐਕਸਰਸਾਈਜ਼ ਕਰ ਰਿਹਾ ਆ ਮੁੰਡਾ ਇੱਥੇ ਦੇਖੋ ਨੂੰ ਘੇਰੋ ਘੇਰੋ ਮੁੰਡੇ ਨੂੰ ਫੜ ਕੇ ਤਾਂ ਦੇਖੋ ਆ ਤਾਂ ਡੋਲਾ ਦੇਖੋ ਦਾ ਡੋਲੇ ਦੇ ਪਿੱਛੇ ਮੈਂ ਲੁੱਕ ਗਿਆ ਇਹ ਮਿਸਟਰ ਪੰਜਾਬ ਦੇ ਵਿੱਚ ਸੈਕੰਡ ਰਨਰ ਅਪ ਸੀ ਨਾ ਹਾਂ ਸੋ ਇਹ ਪੀਟੀਸੀ ਤੇ ਤੁਸੀਂ ਦੇਖਣਾ ਮੁੰਡੇ ਨੂੰ ਇਹ ਸਾਰੇ ਜਿੰਨੇ ਵੀ ਤੁਹਾਨੂੰ ਸੈਲੀਬ੍ਰਿਟੀ ਦੇਖਣਗੇ ਜਿਹੜਾ ਵੀ ਬੰਦਾ ਟੀਵੀ ਤੇ ਦੇਖਦਾ ਟੀਵੀ ਤੱਕ ਪਹੁੰਚਣ ਲਈ ਪਹਿਲਾਂ ਇਹ ਜਿਮ ਦਾ ਰਸਤਾ ਹੋ ਕੇ ਜਾਂਦਾ ਜਿੱਥੇ ਪ੍ਰੋਪਰ ਬਾਡੀਆਂ ਹਰ ਚੀਜ਼ ਫਿੱਟ ਹੋ ਕੇ ਜਾਂਦੀ ਹੈ ਇਹਨਾਂ ਨੂੰ 15 ਸਾਲ ਪਹਿਲਾਂ ਦੇਖਦੇ ਸੀ ਜਾਂ 20 ਸਾਲ ਪਹਿਲਾਂ ਦੇਖਦੇ ਉਦਾਂ ਦੇ ਉਦਾਂ ਹੀ ਹੈ ਨਹੀਂ ਪਰ ਟੰਮੀ ਅੱਗੇ ਤੋਂ ਘਟ ਗਈ ਥੋੜੀ ਜੀ ਇੰਟਰੋਡਿਊਸ ਕਰਦੇ ਨੇ ਆਪਣੇ ਆਪ ਨੂੰ ਕਿੰਨਾ ਫੇਸ ਤੇ ਕਿੰਨਾ ਗਲੋ ਹੈ ਇੰਨਾ ਟਾਈਮ ਹੋ ਗਿਆ ਭਾਜੀ ਨੂੰ ਇੰਡਸਟਰੀ ਦੇ ਵਿੱਚ ਪਰ ਭਾਜੀ ਅੱਜ ਵੀ ਫੋਰਐਵਰ ਨੇ ਕੀ ਹੈ ਭਾਜੀ ਫੋਰਐਵਰ ਫੋਰਐਵਰ ਰੇ ਭਾਜੀ ਯਾਰਾਂ ਦੇ ਉੱਪਰ ਹੀ ਤੁਸੀਂ ਗਾਣਾ ਗਾਇਆ ਸੀ ਨਾ ਸਾਰੇ ਯਾਰ ਖੜੇ ਆ ਸਾਰੇ ਅੱਜ ਕਹਿ ਤਾਂ ਮੁੜ ਕੇ ਨਾ ਕਹਿ ਦੀ ਬੱਲੀਏ ਕਿ ਯਾਰ ਬੇਲੀ ਛੱਡ ਦੇ ਅੱਜ ਕਹਿ ਤਾਂ ਮੁੜ ਕੇ ਨਾ ਕਹਿ ਦੀ ਬੱਲੀਏ ਕਿ ਯਾਰ ਬੇਲੀ ਛੱਡ ਦੇ ਨੀ ਤੂੰ ਕਰ ਕਰ ਥੱਕ ਜਾਣਾ ਕਹਿੰਦੀ ਜੇ ਯਾਰ ਚਾਵੇ ਰੈਲੀ ਕੱਟ ਦੇ ਅੱਜ ਕਹਿ ਤਾਂ ਮੁੜ ਕੇ ਨਾ ਕਹਿ ਦੀ ਬੱਲੀਏ ਕਿ ਯਾਰ ਬੇਲੀ ਛੱਡ ਦੇ ਐ ਵੀ ਬੈਕ ਦੀ ਐਕਸਰਸਾਈਜ਼ ਲੱਗੀ ਬਿਲਕੁਲ ਜੀ ਸੋ ਨਿੱਕੂ ਭਾਜੀ ਇਜ਼ ਫੁੱਲ ਐਨਰਜੈਟਿਕ ਆਪਣੇ ਬਕਸਾ ਵੀ ਲੈ ਗਿਆ ਅਖਰੋਟ ਵੀ ਲੈ ਗਿਆ ਅਖਰੋਟ ਦਾ ਕੀ ਰਾਜ਼ ਹੈ ਬੇਸਿਕਲੀ ਅਖਰੋਟ ਇਹ ਜਿਮਣਾਂ ਨੂੰ ਪੁੱਛੋ ਕਿਉਂ ਖਾਂਦੇ ਨੇ ਹਾਂ ਅਖਰੋਟ ਕਿਉਂ ਖਲਾਏ ਜਾਂਦੇ ਵੀ ਜਾਨ ਵਾਸਤੇ ਜਾਨ ਜਾਨ ਵਾਸਤੇ ਅਰੇ ਵਾਹ 1 2 3 4 ਦੀ ਲੇਟੈਸਟ ਕਿਹੜੇ ਪ੍ਰੋਜੈਕਟ ਚੱਲ ਰਿਹਾ ਇਸ ਟਾਈਮ ਤੁਹਾਡੀ ਇੱਕ ਆਪਣਾ ਟੂਇਟ ਜਿਹੜਾ ਜੇਸਲ ਨਾਲ ਹਾਂ ਹਾਂ
ਐਂਡ ਸੈਕਿੰਡ ਐਨਜੋ ਦੇ ਨਾਲ ਬਹੁਤ ਸੋਚੀ ਨਾ ਤੂੰ ਕਹਿ ਬਸ ਬੱਲੀਏ ਮੁੰਡਾ ਮੈਨੂੰ ਪਿਆਰ ਕਰਦਾ ਜਿਹੜਾ ਐਨਜੋ ਨਾਲ ਉਹ ਵੀ ਬੋਲਣਾ ਫਿਰ ਮੈਂ ਉਹ ਕਹਿੰਦੇ ਮੋੜਾਂ ਉੱਤੇ ਖੜਦਾ ਏ ਮੁੰਡਿਆਂ ਨਾਲ ਲੜਦਾ ਏ ਕਰਨੇ ਐਵੇਂ ਲੋਕੀ ਬਦਨਾਮ ਲੱਗ ਗਏ ਇੰਨੇ ਦਿਨ ਹੋਏ ਨੀ ਜਵਾਨ ਸਾਨੂੰ ਹੋਇਆ ਮਿੱਤਰਾਂ ਤੇ ਜਿੰਨੇ ਇਲਜ਼ਾਮ ਲੱਗ ਗਏ ਸਲੋ ਜੀ ਲੋ ਸਲੋ ਸਾਨੀਆਂ ਅੱਖ ਸਾਈ ਸਲੋ ਐ ਲੋ ਜੀ ਆ ਡੋਲੇ ਵੀ ਬਣਾ ਕੇ ਜਾਂਦੇ ਆ ਦਿਲ ਕੀਤਾ ਤੁਹਾਡਾ ਕਿ ਹਾਂ ਬਈ ਮੈਂ ਵੀ ਫਿਲਮ ਕਰਾਂ ਹੁਣ ਦੁਬਾਰਾ ਹੁਣ ਮੇਰੇ ਮਨ 'ਚ ਸਿਰਫ ਇਹ ਆ ਕਿ ਹੋਰ ਜੋ ਮਰਜ਼ੀ ਹੋਈ ਜਾਵੇ ਸਭ ਤੋਂ ਪਹਿਲਾਂ ਆਪਾਂ ਆਪਣੇ ਗਾਣੇ ਕੰਟੀਨਿਊ ਕਰਨੇ ਨੇ ਵੀਡੀਓਜ਼ ਕੰਟੀਨਿਊ ਕਰਨੇ ਨੇ ਫਿਰ ਸੋਚਾਂਗੇ ਫਿਲਮਾਂ ਦਾ ਕੀ ਕਰਨਾ ਭਾਜੀ ਇਹ ਘੱਟੋ ਘੱਟ 100 ਲਗਾ ਦਿਓ ਇਹ 100 ਵਾਲੇ ਥੋੜ੍ਹੀ ਹੁੰਦੇ ਨੇ ਕਿੰਨੇ ਇਹ 20 ਵੀ ਮੁੱਕਦੇ ਨਹੀਂ ਹੈ ਹਾਂਜੀ ਵਾਹ ਜੀ ਵਾਹ ਡਨ 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 ਬ੍ਰੇਕ ਤੋਂ ਬਾਅਦ ਅਸੀਂ ਥੋੜ੍ਹਾ ਦਿਖਾਵਾਂਗੇ ਤਾਂ ਖੂਬ ਪੰਪ ਹੋਣ ਲੱਗਿਆ ਫਸ ਗਈ ਟੀ ਸ਼ਰਟ ਅੱਜ ਬੇਸਿਕਲੀ ਦੇਖੋਗੇ ਕਿ ਲੋਕਾਂ ਦੇ 2 packs ਹੁੰਦੇ ਆ 4 packs ਹੁੰਦੇ ਆ 8 packs 6 packs ਹੁੰਦੇ ਆ 8 packs ਹੁੰਦੇ ਆ 10 packs ਹੁੰਦੇ ਆ ਤੇ ਇਹਨਾਂ ਦੇ ਅੱਜ 16 pack 16 rap ਦੇ ਬਾਅਦ ਨਿਕਲਣ ਵਾਲੇ ਆ ਇੰਦਰਜੀਤ ਨਿੱਕੂ ਮੈਂ ਹਾਲੇ ਟੰਮੀ ਦੀ ਐਕਸਰਸਾਈਜ਼ ਬਿਲਕੁਲ ਨਹੀਂ ਲਾਉਂਦਾ ਜਿਹੜੀਆਂ ਲਾਉਣਾ ਸਾਰੀਆਂ ਲਾ ਕੇ ਆਇਆ ਹਾਲੇ ਹੋਰ ਵੀ ਲਾਊਂਗਾ ਪਰ ਟੰਮੀ ਦੀ ਵੀ ਆਪਾਂ ਲਾਉਂਦੇ ਕਿਉਂਕਿ ਕਦੇ ਕਦੇ ਲਾਉਣਾ ਹੁੰਦਾ ਮੈਂ ਹਾਂਜੀ ਆ ਜਾ ਅੱਜ ਨਹੀਂ ਛੱਡਦੇ ਤੁਹਾਨੂੰ ਕੋਈ ਟੈਨਸ਼ਨ ਨਹੀਂ ਭਾਜੀ ਮੈਂ ਵੀ ਆ ਜਾਂਦਾ ਪ੍ਰੋਟੀਨ ਹੈਗਾ ਸ਼ੇਕ ਹੈਗਾ ਅੱਛਾ ਜਿਹੜੇ ਇਸ ਟਾਈਮ ਪੰਜਾਬੀ ਦੇਖ ਰਹੇ ਆ ਜਿਹੜਾ ਪੰਜਾਬੀ ਯੂਥ ਦੇਖ ਰਿਹਾ ਹੈ ਅਤੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਸਪੈਸ਼ਲੀ ਜਿਮਿੰਗ ਬਾਰੇ ਭਾਅ ਜੀ ਬਾਕੀ ਦੇ ਕੰਮ ਬਾਅਦ 'ਚ ਪਹਿਲਾਂ ਸਿਹਤ ਜਾਂਦੇ 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 ਤੁਹਾਡਾ ਕੋਈ ਫੇਵਰੇਟ ਸੌਂਗ ਜਿਹੜਾ ਸੁਣ ਕੇ ਜਿਮ ਵਾਲੇ ਲੋਕ ਇੰਸਪਾਇਰ ਹੋ ਜਾਣ ਨਹੀਂ ਤੂੰ ਤੇਰੀ ਮੇਰੀ ਟੁੱਟੀ ਕਹਿ ਕੇ ਦਿਲ ਤੋੜ ਗਈ ਸੀ ਤੈਨੂੰ ਸੁਪਨੇ ਦੇ ਵਿੱਚ ਵੀ ਜਹਾਜ਼ ਦਿਸਦੇ ਨਹੀਂ ਬਾਹਰ ਜਾਣ ਨੂੰ ਕਾਲੀਏ ਮੁੰਡਾ ਹਿੱਕ ਉੱਤੇ ਝਾਂਜਰਾਂ ਨੂੰ ਸੌਂਦਾ ਰੱਖ ਕੇ ਨੀ ਸੁਣ ਸਿਡਨੀ ਵਾਲੀਏ ਮੁੰਡਾ ਹਿੱਕ ਉੱਤੇ ਝਾਂਜਰਾਂ ਨੂੰ ਸੌਂਦਾ ਰੱਖ ਕੇ ਨੀ ਸੁਣ ਸਿਡਨੀ ਵਾਲੀਏ ਪਿਆਰ ਦਾ ਪ੍ਰੋਟੀਨ ਹੈ ਇਹ ਆਪਾਂ ਪਾਣੀ ਪਾਵਾਂਗੇ ਇਹਨੂੰ ਪੀਵਾਂਗੇ ਚਲੋ ਦੋਸਤੋ ਮਿਲਦੇ ਹਾਂ ਫਿਰ ਕਿਸੇ ਨਵੇਂ ਐਪੀਸੋਡ ਦੇ ਵਿੱਚ ਨਵੀਆਂ ਗੱਲਾਂ ਦੇ ਨਾਲ ਰੋਟੀ ਪਾਣੀ ਬਣਾਉਂਦੇ ਬਣਾਉਂਦੇ ਖਾਂਦੇ ਪੀਂਦੇ ਪਤਾ ਨਹੀਂ ਦੁਬਾਰਾ ਫਿਰ ਕਿਹੜੇ ਮੋੜ 'ਤੇ ਕਿੱਥੇ ਮੁਲਾਕਾਤ ਹੋਣੀ ਹੈ ਰੱਬ ਰੱਖਾ ਜਦ ਤੱਕ